ਹਾਂਜੀ ਪੰਜਾਬੀ ਉਹ ਸਸਤੀ ਕਾਲ ਸਾਰਿਆਂ ਨੂੰ ਮਸਲਾ ਅੱਜ ਤਕਰੀਬਨ ਤੁਸੀਂ ਸਾਰਿਆਂ ਨੇ ਜਿਹੜਾ ਉਹ ਸੁਣ ਲਿਆ ਹੋਣਾ ਆ ਕਾਫੀ ਜਿਹੜਾ ਭਖਿਆ ਹੋਇਆ ਮੁੱਦਾ ਹੈਗਾ ਅੱਜ ਕਿ ਬਲਵੀਰ ਸਿੰਘ ਰਾਜੇਵਾਲ ਵੱਲੋਂ ਜਿਹੜਾ ਅੱਜ ਬਿਆਨ ਸਟੇਜ ਦੇ ਉੱਤੇ ਦਿੱਤਾ ਗਿਆ ਉਹ ਬਿਆਨ ਮੈਂ ਵੀ ਸੁਣਿਆ ਸੁਣ ਕੇ ਉਸ ਬਿਆਨ ਨੂੰ ਦੁੱਖ ਲੱਗਿਆ ਕਿ ਜੋ ਰਾਜੇਵਾਲ ਸਾਹਿਬ ਨੇ ਕਿਹਾ ਉਹ ਨਹੀਂ ਕਹਿਣਾ ਬਣਦਾ ਸੀ ਇੱਕ ਗਲਤੀ ਆਪਾਂ ਉਹਦੇ ਬਾਰੇ ਕਰ ਲਈਏ ਕਿ ਰਾਜੇਵਾਲ ਸਾਹਿਬ ਨੇ ਜਿਹੜੀ ਗੱਲਬਾਤ ਕੀਤੀ ਹੈ ਤਾਂ ਰਾਜੇਵਾਲ ਸਾਹਿਬ ਇੱਕ ਗੱਲ ਤੁਸੀਂ ਖੁਦ ਬੋਲ ਰਹੇ ਹੋ ਕਿ ਮੈਂ ਰੋਜ਼ ਪਾਠ ਕਰਦਾ ਹਾਂ ਅਰਦਾਸ ਕਰਦਾ ਹਾਂ ਨਿਤਨੇਮੀ ਹਾਂ ਤੇ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਹੜਾ ਇਹ ਤੁਸੀਂ ਇਨਸਾਨ ਸਾਹਿਬ ਦੀ ਗੱਲ ਕੀਤੀ ਆ ਜਾਂ ਗੁਰੂਆਂ ਲਾਡਲੀਆਂ ਫੌਜਾਂ ਦੀ ਗੱਲ ਕੀਤੀ ਆ ਤਾਂ ਉਹ ਇਹ ਆ ਕਿ ਨਿਸ਼ਾਨ ਸਾਹਿਬ ਤਾਂ ਜਿੱਥੇ ਹੱਦ ਦੇ ਉੱਤੇ ਸਾਡੇ ਸਿੱਖ ਰੈਜੀਮੈਂਟ ਖੜੀਆਂ ਨੇ ਫੌਜਾਂ ਖੜੀਆਂ ਨੇ ਨਿਸ਼ਾਨ ਸਾਹਿਬ ਉੱਥੇ ਵੀ ਲੱਗੇ ਹੋਏ ਨੇ ਜਦੋਂ ਸਿੱਖ ਰੈਜੀਮੈਂਟ ਦੀਆਂ ਜਿਹੜੀਆਂ ਗੱਡੀਆਂ ਨੇ ਕਿਸੇ ਵੀ ਹੱਦ ਵੱਲ ਜਾਂਦੀਆਂ ਨੇ ਤਾਂ ਉਹਨਾਂ ਦੇ ਉੱਤੇ ਵੀ ਇਨਸਾਨ ਸਾਹਿਬ ਝੂਲਦੇ ਨੇ ਰਾਜਨਾਥ ਵਰਗੇ ਜਾ ਕੇ ਜਿਹੜਾ ਉੱਥੇ ਹੱਦ ਦੇ ਉੱਤੇ ਚੀਨ ਦੇ ਉੱਤੇ ਬੋਲੇ ਸੋ ਨਿਹਾਲ ਦੇ ਜਿਹੜੇ ਜਕਾਰੇ ਲਵਾਉਂਦੇ ਨੇ ਤਾਂ ਇਹ ਕੋਈ ਬਹੁਤ ਹੀ ਵੱਡੀ ਗੱਲ ਮੈਨੂੰ ਲੱਗਦਾ ਨਹੀਂ ਸੀ ਕਿ ਸੋਨੂੰ ਕਰਨ ਵਾਲੀ ਬਣਦੀ ਐ ਤੂੰ ਸਿਆਣੇਓ ਸੁਲਝੇ ਹੋਇਓ ਪਰ ਮਸਲਾ ਤੁਸੀਂ ਖਾ ਮਖਾ ਜਿਹੜਾ ਉਹ ਮੁੱਦਾ じゃ ਬਣਾਤਾ ਇੱਕ ਜੇ ਆਪਾਂ ਇਹ ਗੱਲ ਕਰਦੇ ਆ ਕਿ ਗੋਦੀ ਮੀਡੀਆ ਇਹ ਕਰਦਾ ਹੈ ਕਿ ਇਹਨੂੰ ਖਾਲਸਤਾਨੀ ਰੰਗਤ ਦੇ ਰਿਹਾ ਨਿਸ਼ਾਨ ਸਾਹਿਬ ਲੱਗੇ ਹੋਏ ਆ ਉੱਥੇ ਪਾਠ ਚੱਲ ਰਹੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਤਾਂ ਇਹ ਤਾਂ ਗੱਲ ਕੋਈ ਨਵੀਂ ਨਹੀਂ ਹੈਗੀ ਇਹ ਤਾਂ ਆਪਾਂ ਜਦੋਂ 26 ਤਰੀਕ ਦੇ ਆਏ ਆ ਨਾ ਤਾਂ ਉਸ ਦਿਨ ਤੋਂ ਹੀ ਲੈ ਕੇ ਜਿਹੜਾ ਇਹ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਸੀ ਕਿ ਦੇਖੋ ਜੀ ਇਹ ਤਾਂ ਖਾਲਸਤਾਨੀ ਆ ਗਿਆ ਇਹ ਅੱਤਵਾਦੀ ਆ ਗਿਆ ਇਹਨਾਂ ਨੂੰ ਪਾਕਿਸਤਾਨ ਦੀ ਸ਼ੈ ਹੈ ਇਹਨਾਂ ਨੂੰ ਚੀਨ ਤੋਂ ਫੰਡ ਆਉਂਦਾ ਹੈ ਇਹਨਾਂ ਨੂੰ ਕੈਨੇਡਾ ਤੋਂ ਫੰਡ ਆਉਂਦਾ ਨੇ ਬੜਾ ਕੁਝ ਉਹ ਪ੍ਰਪਾਗੈਂਡਾ ਤਾਂ ਉਹ ਉਹ ਕਰ ਰਹੇ ਨੇ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਅਸੀਂ ਗੋਦੀ ਮੀਡੀਆ ਦੇ ਅੱਖੇ ਲੱਗ ਕੇ ਨਿਸ਼ਾਨ ਸਾਹਿਬ ਦੀ ਗੱਲ ਕੀਤੀ ਹੈ ਜਾਂ ਗੁਰੂ ਜੀ ਦੀਆਂ ਲਾਡਲੀਆਂ ਫੌਜਾਂ ਦੀ ਗੱਲ ਕੀਤੀ ਹੈ ਤਾਂ ਫਿਰ ਗੋਦੀ ਮੀਡੀਆ ਤਾਂ ਉਹਦੇ ਦੀ ਕਹਿ ਰਿਹਾ ਕਿ ਇਹ ਜਿਹੜਾ ਕਿਸਾਨ ਅੰਦੋਲਨ ਹੈ ਇਹ ਗਲਤ ਹੈ ਇਹ ਨਹੀਂ ਕਿਸਾਨਾਂ ਨੂੰ ਸੜਕਾਂ ਰੋਕਣੀਆਂ ਚਾਹੀਦੀਆਂ ਫਿਰ ਆਪਾਂ ਨੂੰ ਸੜਕਾਂ ਤੋਂ ਵੀ ਹਟ ਜਾਣਾ ਚਾਹੀਦਾ ਸੋ ਇਸ ਕਰਕੇ ਇਹ ਜੋ ਤੁਹਾਡਾ ਬਿਆਨ ਆਇਆ ਹੈ ਇਹ ਠੀਕ ਨਹੀਂ ਮੈਨੂੰ ਲੱਗਿਆ ਕਿਸੇ ਨੂੰ ਵੀ ਠੀਕ ਨਹੀਂ ਲੱਗਿਆ ਮੈਨੂੰ ਲੱਗਦਾ ਕਿ ਦੇਖੋ ਤੁਸੀਂ ਜੇ ਪੰਜਾਬ ਦੀ ਧਰਤੀ ਦੀ ਗੱਲ ਕਰਦੇ ਹੋ ਪੰਜਾਬ ਤੋਂ ਆਪਾਂ ਇਹ ਜ਼ਮੀਨਾਂ ਦੀਆਂ ਗੱਲਾਂ ਕਰਦੇ ਆਂ ਤਾਂ ਤੁਸੀਂ ਅੱਜ ਜਿਹੜਾ ਉੱਥੇ ਸਾਰਾ ਉਹ ਆਪਾਂ ਜਾਹੋ ਜਲਾਲ ਦੇਖਣ ਨੂੰ ਮਿਲਦਾ ਹੈ ਸਾਰਾ ਮਾਹੌਲ ਦੇਖਣ ਨੂੰ ਮਿਲਦਾ ਹੈ ਤਾਂ ਉਹ ਉਹ ਸਾਰਾ ਉਹ ਉਹ ਸਾਡੀਆਂ ਰਵਾਇਤਾਂ ਨੇ ਉਹ ਵਿਰਾਸਤ ਦੇ ਵਿੱਚ ਮਿਲੀਆਂ ਹੋਈਆਂ ਸਾਨੂੰ ਚੀਜ਼ਾਂ ਨੇ ਜੇ ਉਹ ਲੰਗਰ ਪ੍ਰਥਾ ਵੀ ਹੈਗੀ ਉੱਥੇ ਚੱਲ ਰਹੀ ਹੈ ਜਰ ਜੋ ਵੀ ਉੱਥੇ ਅੱਜ ਵਾਪਰ ਰਿਹਾ ਹੈ ਪੂਰੀ ਦੁਨੀਆ ਦੀ ਨਜ਼ਰ ਅੱਜ ਜੇ ਉਸ ਅੰਦੋਲਨ ਦੇ ਉੱਤੇ ਆ ਤਾਂ ਇਹ ਇਹ ਸਾਨੂੰ ਉਸ ਬਰਾਸ ਤੋਂ ਉਸ ਵਿਰਸੇ ਦੇ ਵਿੱਚੋਂ ਮਿਲਿਆ ਹੋਇਆ ਸਾਡੀਆਂ ਤਾਂ ਉੱਥੇ ਆਧਾਰਨਾ ਦਿੱਤੀਆਂ ਜਾ ਰਹੀਆਂ ਨੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿਸੇ ਚੈਨਲ ਦੀ ਹਿੰਦੀ ਕੋਈ ਚੈਨਲ ਸੀਗਾ ਜਿਹੜਾ ਨੈਸ਼ਨਲ ਚੈਨਲ ਸੀ ਉਹਦੇ ਉੱਤੇ ਇੱਕ ਬੈਠਾ ਐਂਕਰ ਕੋਈ ਨੂੰ ਐਂਕਰ ਨੂੰ ਕੋਈ ਬੰਦਾ ਸਵਾਲ ਕਰਦਾ ਕਿ ਉੱਥੇ ਅਨਸਾਨ ਸਾਹਿਬ ਝੂਲ ਰਹੇ ਨੇ ਜੀ ਉੱਥੇ ਦਾ ਪਾਠ ਪ੍ਰਕਾਸ਼ ਹੋ ਗਿਆ ਜੀ ਉੱਥੇ ਤਾਂ ਆਹ ਹੋ ਗਿਆ ਜੀ ਵਾਹ ਹੋ ਗਿਆ ਤonne ਬੜੀ ਕਮਾਲ ਦੀ ਗੱਲ ਕਹੀ ਸੀ ਉਹ ਕਹਿੰਦਾ ਕਹਿੰਦਾ ਅਸਲ ਜੇ ਤੁਸੀਂ ਸਿੱਖ ਵਿਰਸਾ ਦੇਖਣਾ ਹੈ ਸਿੱਖੀ ਫਲਸਫਾ ਦੇਖਣਾ ਹੈ ਕਹਿੰਦਾ ਅਸਲ ਇਹ ਰੰਗ ਹੈ ਅਸਲ ਰੰਗ ਆ ਸਾਡਾ ਜੋ ਸਾਨੂੰ ਇਤਿਹਾਸ ਚੋਂ ਮਿਲਿਆ ਜੋ ਸਾਨੂੰ ਬਰਾਸਤ ਚੋਂ ਮਿਲਿਆ ਸਾਡੇ ਗੁਰੂ ਸਾਹਿਬਾਨ ਵੱਲੋਂ ਗੁਰੂ ਸਾਹਿਬਾਨਾਂ ਵੱਲੋਂ ਮਿਲਿਆ ਤਾਂ ਇਸ ਕਰਕੇ ਨਾ ਸਾਨੂੰ ਜਿਹੜਾ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਤੇ ਤੁਸੀਂ ਆਪ ਬੋਲ ਰਹੇ ਹੋ ਕਿ ਆਈਟੀ ਸੈੱਲ ਬਹੁਤ ਗੱਲ ਨੂੰ ਵਧਾ ਘਟਾ ਕੇ ਪੇਸ਼ ਕਰਦਾ ਆਪਾਂ ਤਾਂ ਖੁਦ ਮੌਕਾ ਦੇ ਰਹੇ ਆਂ ਇੱਕ ਇੱਕ ਸ਼ਬਦ ਬੋਲਣ ਤੋਂ ਪਹਿਲਾਂ ਰਾਜਾਲ ਸਾਹਿਬ ਸਾਨੂੰ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਹਜ਼ਾਰ ਵਾਰ ਸੋਚਣਾ ਚਾਹੀਦਾ ਹਜ਼ਾਰ ਵਾਰ ਸੋਚਣਾ ਚਾਹੀਦਾ ਕਿ ਇੱਕ ਸ਼ਬਦ ਸਾਡਾ ਬੋਲਿਆ ਸਾਡੇ ਅੰਦੋਲਨ ਨੂੰ ਕਿੱਧਰ ਨੂੰ ਲਿਜਾ ਸਕਦਾ ਹੈ ਕਿਹੜੀ ਦਿਸ਼ਾ ਵੱਲ ਲੈ ਲਿਜਾ ਸਕਦਾ ਦੇਖੋ ਇਹ ਤੇ ਸਾਰੇ ਤਰ੍ਹਾਂ ਦੇ ਮੈਂ ਉਸ ਦਿਨ ਸਟੇਜ ਤੇ ਹੀ ਬੋਲਿਆ ਸੀ ਕਿ ਇੱਥੇ ਸਾਰੀਆਂ ਵਿਚਾਰਧਾਰਾਵਾਂ ਦੇ ਲੋਕ ਨੇ ਕਾਮਰੇੜ ਵਿਚਾਰਧਾਰਾ ਦੇਵ ਨੇ ਸਿੱਖੀ ਵਿਚਾਰਧਾਰਾ ਦੀ ਨੇ Hindu ਵਿਚਾਰਧਾਰਾ ਵਾਲੇ ਲੋਕ ਵੀ ਨੇ ਮੁਸਲਮਾਨ ਵੀ ਨੇ ਅਸਾਈਬ ਨੇ ਸਾਰੀਆਂ ਧਰਾਵਾਂ ਦੇ ਲੋਕ ਇੱਥੇ ਆਏ ਹੋਏ ਨੇ ਅਸੀਂ ਕੋਈ ਵੀ ਇੱਕ ਤਰ੍ਹਾਂ ਦੀ ਉਹਨੂੰ ਰੰਗਤ ਦੇ ਕੇ ਅਸੀਂ ਘੋਲ ਨੂੰ ਗਲਤ ਦਿਸ਼ਾ ਵੱਲ ਲੈ ਜਾਾਂਗੇ ਲੜ ਲੀਆਂ ਫੌਜਾਂ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਤਾਂ ਬੜੇ ਬਾਰੀ ਤੁਹਾਨੂੰ ਕਹਿੰਦੇ ਰਹੇ ਕਿ ਲੜ ਲੀਆਂ ਫੌਜਾਂ ਨੂੰ ਆਉਣਾ ਚਾਹੀਦਾ ਤਾਂ ਉਹ ਵਿਚਾਰੇ ਆਏ ਨੇ ਬੈਠੇ ਆਪਣੇ ਮੋਰਚੇ ਲਾਏ ਹੋਏ ਨੇ ਕੋਈ ਉਹ ਮੈਂ ਉੱਥੇ ਰੋਜ਼ ਦੇਖਦਾ ਘੋਲਵਾਜੀ ਨਹੀਂ ਉਹ ਕਰਦੇ ਹਾਂ ਤੀਜੀ ਗੱਲ ਜਿਹੜੀ ਤੁਸੀਂ ਕਹੀ ਨੌਜਵਾਨਾਂ ਨੂੰ ਅਪੀਲ ਕੀਤੀ ਉਹ ਮੈਂ ਸਟੇਜ ਤੋਂ ਕੱਲ ਵੀ ਕੀਤੀ ਸੀ ਕਿ ਯਾਰ ਜਿਹੜੀ ਠੀਕ ਐ ਤੁਸੀਂ ਮਾੜਾ ਮੁੰਡਾ ਮਨੋਰੰਜਨ ਕਰਨਾ ਹੁੰਦਾ ਉਹਨਾਂ ਕਬਾਜਬ ਐ ਪਰ ਜੇ ਆਪਾਂ ਸਾਰੀ ਰਾਤ ਇਸ ਤਰ੍ਹਾਂ ਉੱਥੇ ਕੋਈ दारू ਪਿਆਲਾ ਪੀ ਕੇ ਡੱਕ ਡੁੱਕ ਲਾ ਕੇ ਨੱਚੀ ਜਾਵਾਂਗੇ ਉਹਨੂੰ ਉਹ ਜਿਹੜਾ ਹੈਗਾ ਜਾਦੇ ਬਧਾ ਚੜਾ ਕੇ ਪੇਸ਼ ਕਰਕੇ ਤੇ ਜਾਂ ਮੰਨ ਲਓ ਕਈ ਵਾਰੀ ਐ ਹੁੰਦਾ ਰਾਤ ਨੂੰ दारू ਪੀਤੀ ਹੁੰਦੀ ਐ ਖਾਦੀ ਪੀਤੀ ਦੇ ਵਿੱਚ ਕੋਈ ਆਪਸ ਵਿੱਚ ਲੜਪੋ ਤਾਂ ਉਹ ਫਿਰ ਉਹਦਾ ਅਸਰ ਜਿਹੜਾ ਉਹ ਨੋਰਨ ਤੇ ਮਾੜਾ ਚੱਲ ਜਾਂਦਾ ਇਹ ਗੱਲ ਠੀਕ ਐ ਤੁਹਾਡੀ ਪਰ ਦੂਜੀ ਗੱਲ ਮੈਂ ਨਾਲ ਨਾ ਮੈਨੂੰ ਇੱਕ ਹੋਰ ਬੜਾ ਦੁੱਖ ਹੋਇਆ ਯਾਰ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਅਪੀਲ ਕਰਨਾ ਚਾਹੁੰਦਾ ਉਹ ਭਰਾਵੋ ਤੁਹਾਡੇ ਮਰੇ ਹੱਥ ਬੰਨ ਕੇ ਬੇਨਤੀ ਆ ਇਹ ਅੰਦੋਲਨ ਬਿਲਕੁਲ ਸਿਖਰ ਤੇ ਆ ਬਿਲਕੁਲ ਪੀਕ ਤੇ ਆ ਐ ਨਤੀਜੇ ਦੇ ਨੇੜੇ ਆ ਅਸੀਂ ਜਮਾ ਤਾਂ ਯਾਰ ਤੁਸੀਂ ਪਤੰਦਰੋ ਮਾੜੀ ਜੀ ਗੱਲ ਨੂੰ ਏਡੀ ਤੂਲ ਦਿੰਨੇ ਹੋ ਨਾਲ ਦੀ ਨਾਲ ਆ ਆ ਮੈਂ ਹੁਣ ਜਿਹੜਾ ਦੂਜਾ ਕਹਿਣਾ ਚਾਹੁੰਦਾ ਕਿ ਦੇਖੋ ਇਹ ਜਿਹੜੀਆਂ ਲਹਿਰਾਂ ਨੇ ਇਹ ਲੋਕ ਰੋ ਹੈ ਰੋਜ਼ ਰੋਜ਼ ਨਹੀਂ ਭਰਾਵੋ ਉੱਠਦੇ ਧਾਕੇ ਲੱਗ ਜਾਂਦੇ ਨੇ ਸਦੀਆਂ ਲੱਗ ਜਾਂਦੀਆਂ ਨੇ ਕਈ ਵਾਰੀ ਤਾਂ ਇਹ ਇਹ ਜੇ ਲੋਕ ਰੋਹਾਂ ਦੇ ਮਸਾਂ ਮਸਾਂ ਇਹਦਾ ਖੁਸ਼ੀ ਮਨਾਉਣਾ ਕੋ ਮਸਾਂ ਪੰਜਾਬ ਉੱਠਿਆ ਬੌਂਦਲਿਆ ਹੋਇਆ ਸੀ ਪੰਜਾਬ ਸੁੰਨਾ ਹੋਇਆ ਪਿਆ ਸੀ ਪੰਜਾਬ ਤਾਂ ਜ ਸੁੱਤੀ ਹੋਈ ਸੀ ਪੰਜਾਬੀਅਤ ਸਾਡੀ ਕੌਮ ਜਗਾਤਾ ਸਾਨੂੰ ਤਾਂ ਤੇ ਆ ਤੁਸੀਂ ਨਾਲ ਦੀ ਨਾਲ ਮੇਰਾ ਵੀ ਹੁਣ ਉਦੋਂ ਬਾਅਦ ਪੋਸਟਾਂ ਪੈਣੀਆਂ ਸ਼ੁਰੂ ਹੋ ਗਈਆਂ ਆ ਦੇਖੋ ਜੀ ਫੁਲਾਨਾ ਠਿਮਕਾ ਆ ਜਿਹੜੇ ਆ ਫੇਸਬੁੱਕਾਂ ਦੇ ਬੈਠੇ ਹੁੰਦੇ ਨੇ ਨਾ ਇਹਨਾਂ ਦਾ ਇਹੀ ਕੰਮ ਹੁੰਦਾ ਹੁੰਦਾ ਹੈ ਇਹਨਾਂ ਨੂੰ ਹੁਣ ਚਰੂਨੇ ਵੀ ਲੜਨਗੇ ਮੇਰੀ ਗੱਲ ਤੋਂ ਮਾੜੀ ਜੀ ਗੱਲ ਉੱਠਣੀ ਤੇ ਨਾਲ ਦੀ ਨਾਲ ਹੀ ਫੁਲਾਨਾ ਇਹ ਨੇ ਆ ਬੋਲਤਾ ਠਿਮਕੇ ਨੇ ਆ ਬੋਲਤਾ ਨਾਲ ਦੀ ਨਾਲ ਲੱਗ ਜਾਂਦੇ ਹੋ ਦੀਪ ਸਿੱਧੂ ਨੇ ਇੱਕ ਬਿਆਨ ਦਿੱਤਾ ਸੀ ਉਹਨੇ ਆਪਣਾ ਸਪਸ਼ਟਕਰਨ ਦੇ ਕੇ ਗੱਲ ਖਤਮ ਹੋ ਗਈ ਰਾਜੇ ਵਾਲ ਨੇ ਆਪਣਾ ਬਿਆਨ ਦਿੱਤਾ ਕੱਲ ਨੂੰ ਆਪਣੀ ਮਾਫੀ ਮੰਗ ਕੇ ਆਪਣਾ ਸਪਸ਼ਟਕਰਨ ਦੇਣਗੇ ਗੱਲ ਖਤਮ ਹੋ ਜਾਣੀ ਹੈ ਉਹ ਨਾ ਪ੍ਰਭੂ ਹੱਥ ਬੰਨੇ ਛੋਡੇ ਮਰੇ ਰੋਜ਼ ਤੁਸੀਂ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਤੁਸੀਂ ਬਣਾ ਦਿੰਨੇ ਹੋ ਕਿ ਆਹ ਦੇਖੋ ਜੀ ਆਹ ਹੋ ਗਿਆ ਉਹ ਹੋ ਗਿਆ ਔਰ ਦੂਜਾ ਦੂਜਾ ਜਿਹੜਾ ਕੰਮ ਕਰ ਰਿਹਾ ਜਿਹੜਾ ਪੰਜਾਬ ਦਾ মিডিਆ ਮੈਂ ਕਹੂੰਗਾ ਇੱਥੇ ਨੂੰ ਗੋਦੀ মিডিਏ ਦੀ ਗੱਲ ਨਹੀਂ ਹੋਈ ਪੰਜਾਬ ਦੇ মিডিਆ ਦੀ ਮੈਂ ਗੱਲ ਕਰਦਾ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਪੰਜਾਬ ਦੇ ਹਤੈਸ਼ੀ ਆ ਸੀ ਪੰਜਾਬ ਲਈ ਕੰਮ ਕਰ ਰਹੇ ਆ ਅਸੀਂ ਛੋਡੀਆਂ ਖਬਰਾਂ ਐ ਪ੍ਰਚਾਰਿਆ ਬਹੁਤ ਪ੍ਰਚਾਰਿਆ ਨਾਲ ਦੀ ਨਾਲ ਤੁਸੀਂ ਟੀਆਰਪੀ ਲੈਣ ਦੇ ਮਾਰੇ ਨਾਲ ਦੀ ਨਾਲ ਤੁਸੀਂ ਬਹੁ ਬਹੁ ਲੈਣ ਦੇ ਮਾਰੇ ਉਹਦੀ ਮੈਖਾ ਜਾਂ ਡਾ ਦਿੰਨੇ ਹਰ ਇੱਕ ਦੇ ਮਰੇ ਜਾ ਕੇ ਹਾਂਜੀ ਰਾਜਾਲ ਸਾਹਿਬ ਨੇ ਆ ਕਿਹਾ ਕੀ ਕਹਿਣਾ ਚਾਹੋਗੇ ਰਾਜਾਲ ਸਾਹਿਬ ਨੇ ਆ ਕਿਹਾ ਕੀ ਕਹਿਣਾ ਚਾਹੋਗੇ ਆ ਬਿਆਨ ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ ਕੀ ਟੱਟੂ ਆ ਪ੍ਰਤੀਕਿਰਿਆ ਜਰ ਹੈ ਮਿੰਟ ਚ ਤੁਸੀਂ ਪਤੰਦਰੋ ਇੱਕ ਮਿੰਟ ਲਈ ਲਾਉਨੇ ਕਿਸੇ ਨੂੰ ਗਦਾਰ ਬਣਾ ਦੇਣੋ ਮਿੰਟ ਚ ਹੀਰੋ ਬਣਾ ਦੇਣੇ ਹੋ ਇੱਥੇ ਜਿਹੜੀ ਸਥਿਤੀ ਹੈ ਇੱਥੇ ਬੈਠੇ ਆਂ ਦੀ ਸਾਨੂੰ ਪਤਾ ਕੀ ਆ ਸਮਝੋ ਮਿੰਟ ਨਾ ਲਾਇਆ ਕਰੋ ਇਹ ਜੀਆਂ ਗੱਲਾਂ ਨੂੰ ਚੱਕਣ ਲੱਗਿਆ ਨੂੰ ਸੁਸਕਰ ਕੇ ਮੇਰੀ ਬੇਨਤੀ ਆ ਕਿ ਗੱਲਾਂ ਤੋਂ ਗਰੇਜ਼ ਕਰੋ ਇਹ 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 ਸਰਕਾਰਾਂ ਚਾਹੁੰਦੀਆਂ ਨੇ ਇਹ ਉਹਨਾਂ ਦਾ ਆਈਟੀ ਸੈੱਲ ਜਿਹੜੀ ਆਪਾਂ ਬਾਰ-ਬਾਰ ਗੱਲ ਕਰਦੇ ਆ ਉਹਨਾਂ ਦਾ ਆਈਟੀ ਵਿੰਗ ਬਣਿਆ ਹੋਇਆ ਬੜਾ ਮਜ਼ਬੂਤ ਹੈ ਉਹ ਨਾਲ ਦੀ ਨਾਲ ਜਿਹੜੀਆਂ ਖਬਰਾਂ ਨੂੰ ਚੱਲ ਕੇ ਉਹਨਾਂ ਦੇ ਫਿਰ ਟਿੱਪਣੀਆਂ ਕਰਦਾ ਹੈ ਪਰ ਉਹ ਉਹਨਾਂ ਦੀ ਹਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਮੇਰੀ ਗੱਲ ਸੁਣ ਲਓ ਮੈਂ ਅੱਗੇ ਵੀ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਉਹਨਾਂ ਦੀਆਂ ਜਿਹੜੀਆਂ ਆਈਡੀਆਂ ਬਣੀਆਂ ਹੋਈਆਂ ਨੇ ਉਹ ਸਿੱਖਾਂ ਦੇ ਨੌ ਤੇ ਬਣੀਆਂ ਹੋਈਆਂ ਨੇ ਕਿਸੇ ਦੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਆ ਕਿਸੇ ਦੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੋਟੋ ਆ ਕਿਸੇ ਤੇ ਦਰਬਾਰ ਸਾਹਿਬ ਦੀ ਫੋਟੋ ਆ ਟਾਏ ਹੋ ਦਰਬਾਰ ਸਾਹਿਬ ਦੀ ਫੋਟੋ ਆ ਕਿਸੇ ਦੇ ਭਗਤ ਸਿੰਘ ਦੀ ਫੋਟੋ ਆ ਕਿਸੇ ਦੇ ਸਰਬੇ ਦੀ ਫੋਟੋ ਆ ਨੌ ਪਤਾ ਕੀ ਆ ਕੇ ਦਾ ਬਲਵੀਰ ਸਿੰਘ ਕੇ ਦਾ ਹਰਪ੍ਰੀਤ ਸਿੰਘ ਕੇ ਦਾ ਗੁਰਦੀਪ ਸਿੰਘ ਕੇ ਦਾ ਸਿੰਘ ਸਾਹਿਬ ਐਸ ਤਰ੍ਹਾਂ ਕਰਕੇ ਉਹਨਾਂ ਦੇ ਜਿਹੜੇ ਹੈਗੇ ਨੇ ਨਾ ਨੌ ਰੱਖੇ ਹੋਏ ਨੇ ਆਪਣੇ ਆਈਟੀ ਉਹ ਸਾਨੂੰ ਲੱਗਦਾ ਹੁੰਦਾ ਹੁਣ ਜੋ ਉਹ ਜੇ ਉਹ ਜੇ ਪੇਜ ਉਹ ਜੇ ਪੇਜ ਬਣਾਏ ਹੋਏ ਨੇ ਉਹਨਾਂ ਦੇ ਉਹ ਜਿਹੇ ਪੇਜਾਂ ਦੇ ਉੱਤੋਂ ਪਤਾ ਆ ਗੱਲਾਂ ਪਾ ਕੇ ਸਾਨੂੰ ਲੱਗਦਾ ਹੁੰਦਾ ਫਿਰ ਥੁੱਲੇ ਅਸੀਂ ਦੇਖਦੇ ਨਹੀਂ ਹੁੰਦੇ ਕਿ ਕੀ ਗੱਲ ਬਾਤ ਆ ਦੱਬੀ ਤੁਰੇ ਜਾਂਦੇ ਹੁਣ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਜਾਂ ਜਿਹਦੇ ਹੱਕ ਚੰਗਾ ਲਖਣਾ ਦਾ ਸਿਰਾ 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 ਪਤਾ ਹੁੰਦਾ ਨਹੀਂ ਗੱਲ ਦਾ ਵਿੱਚੋਂ ਵੀ ਗੱਲ ਬਾਤ ਹੈ ਕੀ ਆ ਸੋ ਤੁਹਾਨੂੰ ਬੇਨਤੀ ਕਰਦੇ ਆ ਵੀ ਇਹ ਗੱਲਾਂ ਤੋਂ ਮੇਰਾ ਵੀਰ ਬਹੁਤ ਸचेਤ ਰਹਿਣ ਦੀ ਲੋੜ ਆ ਜਿਹੜਾ ਬੰਦਾ ਜਿਹੜਾ ਪੇਜ ਆਲਾ ਇਹ ਜੀ ਗੱਲ ਬਾਤ ਕੋਈ ਕਰੂਗਾ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਬੰਦਾ ਪੁੜਗਾੜ ਵਾਲੀ ਗੱਲ ਕਰਦਾ ਆ ਜਿਹੜੇ ਜਾਵਾ ਦੁਬਾਰੇ ਫੇਰਾ ਚੈਨਲ ਵਾਲਿਆਂ ਤੇ ਆਉਣਾ ਵੀ ਸੋਡੇ ਨਾਲ ਜੁੱਤੀ ਫੇਰ ਨਹੀਂ ਪਏ ਸਾਨੂੰ ਕਦੇ ਲੋੜ ਨਹੀਂ ਜੇ ਤੁਸੀਂ ਇਹ ਜੀ ਕਵਰੇਜ ਕਰਨੀ ਹੈ ਸਾਨੂੰ ਦਫਾੜ ਕਰਨਾ ਸਾਡੇ ਘੋਲ ਨੂੰ ਤਾਰ ਪਿੰਡ ਤੁਸੀਂ ਵੀ ਕਰਨ ਦੇ ਵਿੱਚ ਆਪਣਾ ਰੋਲ ਨਿਭਾ ਰਹੇ ਹੋ ਮਾੜੀ ਜੀ ਗੱਲ ਹੁੰਦੀ ਆ ਜਾ ਕੇ ਮੈਂ ਖੜਾ ਦੰਨੇ ਅਖਲੇ ਦੇ ਮੂੰਹ ਤੇ ਜਾਵੜੋ ਫਿਰ ਪੰਜਾਬ ਜਾ ਕੇ ਬਹਿ ਜਾ ਕੋਈ ਗੱਲ ਨਹੀਂ ਸਾਡੇ ਕੋਲ ਸੋਸ਼ਲ ਮੀਡੀਆ ਹੈਗਾ ਅਸੀਂ ਆਪਣੀ ਗੱਲ ਪਹਚਾ ਦੇਾਂਗੇ ਸੋ ਇਸ ਕਰਕੇ ਸਾਰੇ ਮੇਰਾ ਵੀਰ ਮੈਂ ਬੇਰ ਬੇਨਤੀ ਕਰਦਾ ਰਾਜੇ ਵਾਲ ਨੇ ਜੋ ਕਿਹਾ ਕੋਈ ਗੱਲ ਨਹੀਂ ਉਹਨੂੰ ਕੱਲ ਨੂੰ ਆ ਕੇ ਰਸਪਸ਼ਟੀ ਕਰਨ ਦੇਣਾ ਚਾਹੀਦਾ ਬਣਦਾ ਜਿਉਂਨੇ ਕਹੀਏ ਇਹ ਗੱਲ ਤਾਂ ਉਹ ਸਟੇਜ ਦੇ ਉੱਤੇ ਆ ਕੇ ਆਪਣੀ ਮਾਫੀ ਮੰਗਣ ਆਪਣੀ ਗੱਲ ਦਾ ਸਪਸ਼ਟੀਕਰਨ ਦੇਣ ਕਿ ਉਹਨਾਂ ਨੇ ਕਿਹਾ ਕਿਉਂ ਆ ਇਹ ਠੀਕ ਆ ਕੋਈ ਇੱਥੇ ਦਫਾੜ ਨਹੀਂ ਹੈਗਾ ਸਾਰੇ ਇੱਕਾਂ ਕਿਸਾਨ ਜਿੱਥੇ ਬੰਦੀਆਂ ਵੀ ਸਾਰੀਆਂ ਨਾਲ ਨੇ ਦੂਜੇ ਤੀਜੇ ਸਾਰੇ ਨਾਲ ਨੇ ਸਾਰੇ ਇੱਥੇ ਧਰਮਾਂ ਜਾਤਾਂ ਮਜਬਾਂ ਦੇ ਸਾਰੇ ਨਾਲ ਨੇ ਅਸੀਂ ਜਿੱਤ ਕੇ ਜਾਣਾ ਸਾਡਾ ਹੋਰ ਕੋਈ ਇੱਧਰ ਉੱਧਰ ਪਤਾ ਨਹੀਂ ਪਤੰਦਰੋ ਜਦੋਂ ਆ ਮੈਂ ਇੱਥੇ ਐਂ ਦੁੱਖ ਆਉਂਦਾ ਇੱਥੇ ਆਉਣ ਨੂੰ ਤਾਂ ਥੋੜੇ ਸਹੂਲ ਲੜਦਾ ਇੱਥੇ ਹੁੰਦਾ ਵੀ ਇੱਥੇ ਆ ਕੇ ਬਹਿਜ ਗਏ ਸੀ 10 ਦਿਨ ਬੈਠ ਕੇ ਦੇਖੋ ਦਿੱਲੀ ਆ ਕੇ ਆਜੋ ਬੈਠੋ ਚਾਰ ਦਿਨ ਆ ਕੇ ਤੁਹਾਨੂੰ ਪਤਾ ਲੱਗ ਜਾਊਗਾ ਕੀ ਕਹਾਣੀ ਐ ਬੈਠੇ ਰਜਾਈ ਚ ਕਈ ਤਾਂ ਨਾ ਕਈ ਤਾਂ ਮੈਂ ਇਹ ਜੇ ਦੇਖਿਆ ਜਾਂ ਉਹਨਾਂ ਨੇ ਕੱਲਾ ਬਸ ਟਿੱਪਣੀ ਕਰਨ ਦੀ ਖਾਤਰ ਹੀ ਆਪਣਾ ਨੈਟ ਜਾ ਖੋਲਣਾ ਹੁੰਦਾ ਫਿਰ ਬੰਦ ਕਰ ਲੈਂਦਾ ਟਿੱਪਣੀ ਕਰਕੇ ਫਿਰ ਬੰਦ ਕਰ ਲੈਂਦੇ ਆ ਲਲਾਈ ਚਲੋ ਅੱਗ ਤੁਰੇ ਫਿਰੋ ਕਬੀਰ ਲਿਖ ਤੱਕ ਭੈਣ ਲਿਖਦੀ ਐ ਰਿੰਪੀ ਕੌਰ ਕਹਿੰਦੀ ਚਲੋ ਮੰਨ ਲੈਨੇ ਆ ਤੁਹਾਡੀ ਗੱਲ ਬਹੁਤ ਤੁਹਾਡੀ ਗੱਲ ਬਟ ਇੱਕ ਟਿੱਪਣੀ ਕਰਨ ਦਾ ਮੀਨਿੰਗ ਕੀ ਆ ਇਸ ਚੀਜ਼ ਨੂੰ ਨੂੰ ਕਿਹਾ ਕਿਨੇ ਆ ਇਹ ਆਪਣੇ ਆਗੂਆਂ ਨੂੰ ਵੀ ਕਹੋ ਸੋ ਮੇਰਾ ਵੀਰ ਚਲੋ ਇਹ ਪਤਾ ਨਹੀਂ ਕੀ ਕਿਹਾ ਭੈਣ ਨੇ ਚਲੋ ਟਿੱਪਣੀ ਅ ਟਿੱਪਣੀਆਂ ਜਿਹੜੀਆਂ ਮੈਂ ਗੱਲ ਕਰਦਾ ਭਣੇ ਉਹ ਵੀ ਕਰਦਾ ਕਿ ਟਿੱਪਣੀਆਂ ਛੇਤੀ ਛੇਤੀ رائے ਨਾ ਬਣਾਇਆ ਕਰੋ ਛੇਤੀ رائے ਨਾ ਬਣਾਇਆ ਕਰੋ ਸਾਨੂੰ ਹੋਸ ਮੈਂ ਫੇਰ ਬਾਰੀ ਬਾਰੀ ਵੱਲ ਕਹਨਾ ਕਿ ਜਿਹੜੀਆਂ ਸਾਡੇ 'ਚ ਜੇ ਕੋਈ ਅੱਜ ਦਫਾੜ ਪਾਊਗਾ ਸਾਡੇ 'ਚ ਜਿਹੜਾ ਇਹ ਬੰਦਾ ਫੁੱਟ ਪਾਉਣ ਵਾਲੀ ਗੱਲ ਕਰਦਾ ਤਾਂ ਉਹ ਸਮਝ ਲਓ ਸਾਡੇ ਘੋੜ ਦਾ ਦੁਸ਼ਮਣ ਆ ਉਹ ਸਾਨੂੰ ਹਰਾਉਣਾ ਚਾਹੁੰਦਾ ਜਿਤਾਉਣਾ ਨਹੀਂ ਚਾਹੁੰਦਾ ਅੱਜ ਮੈਨੂੰ ਪਤਾ ਇੱਥੇ ਬਹੁਤ ਕੁਝ ਹੁੰਦਾ ਬੜਾ ਕੁਝ ਹੁੰਦਾ ਬੜੀਆਂ ਗੱਲਾਂ ਇੱਥੇ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਬੜਾ ਕੁਝ ਚੱਲਣਾ ਪੈਂਦਾ ਸਹਿਣਾ ਪੈਂਦਾ ਕੋਈ ਗੱਲ ਨਹੀਂ ਆਵਾਂਗੇ ਪੰਜਾਬ ਜਿੱਤ ਕੇ ਗੱਲਾਂ ਸਾਰੀਆਂ ਤੁਹਾਨੂੰ ਕੱਲੀ ਕੱਲੀ ਗੱਲ ਮੈਂ ਦੱਸੂਗਾ ਪ੍ਰਮਾਤਮਾ ਕਰੇ ਕਿ ਅਸੀਂ ਪੰਜਾਬ ਜਿੱਤ ਕੇ ਆਈਏ ਤੁਹਾਨੂੰ ਮੈਂ ਕੱਲੀ ਕੱਲੀ ਗੱਲ ਦੱਸ ਦਊਗਾ ਕਿਹੜਾ ਕੀ ਐ ਕਿਹੜਾ ਕਿਵੇਂ ਐ ਕਿਹੜਾ ਕਦੋਂ ਕੀ ਸੀ ਕਿਹਦੇ ਨਾਲ ਗੱਲ ਹੁੰਦੀ ਕੀ ਹੁੰਦਾ ਸਾਰੀ ਗੱਲ ਦਾ ਸਪਸ਼ਟ ਕਰਨ ਦੇ ਦਿਆਂਗੇ ਪਰ ਅੱਜ ਸਮਾਂ ਨਹੀਂ ਹੈਗਾ ਯਾਰ ਅੱਜ ਸਮਾਂ ਨਹੀਂ ਹੈਗਾ ਮੇਰਾ ਵੀ ਕੋਈ ਗੱਲ ਨਹੀਂ ਜੇ ਇਨੀ ਨਿਤੂਲ ਆਪਾਂ ਜਿਹੜੋ ਦਿੰਨੇ ਆ ਮਸਲੇ ਨੂੰ ਮੈਂ ਫੇਰ ਕਹਿਣਾ ਆ ਕਬੀਰ ਪਹੁੰਦਾ ਕਿ ਕੀ ਉਹਨਾਂ ਨੇ ਮੈਂ ਮੈਂ ਉਹ ਗੱਲਾਂ ਨਾਲ ਸਹਿਮਤ ਨਹੀਂ ਹਾਂ ਭਰਾਵਾ ਰਾਜਾਲ ਸਾਹਿਬ ਨੇ ਜੋ ਬੋਲਿਆ ਉਹ ਗਲਤ ਬੋਲਿਆ ਦੇ ਨਹੀਂ ਬੋਲਣਾ ਚਾਹੀਦਾ ਸੀ ਉਹਨੂੰ ਆਪਣੀ ਉਹਨਾਂ ਨੂੰ ਆਪਣੀ ਗੱਲ ਦਾ ਸਪਸ਼ਟਿਕਰਨ ਕੱਲ ਨੂੰ ਦੇਣਾ ਬਣਦਾ ਤੇ ਮਸ ਮੈਂ ਇੰਨੀ ਥੋੜੇ ਕੋਲ ਬੇਨਤੀ ਕਰਨੀ ਸੀ ਕੋਈ ਵੀ ਗੱਲ ਆਉਂਦੀ ਆ ਨਾਲ ਦੀ ਨਾਲ ਫਿਰ ਪੋਸਟਾਂ ਪਾ ਕੇ ਨਿਰਾਸ਼ਤਾ ਨਾ ਲੈ ਕੇ ਆਓ ਰੋਜ਼ 1000 1015 1500 ਟਰਾਲੀ ਆਉਂਦੀ ਹੈ ਇੱਥੇ ਰੋਜ਼ ਸਾਰਾ ਪੰਜਾਬ ਨੂੰ ਐਡੀ ਜਿਹੜਾ ਚਾ ਚੜਿਆ ਹੋਇਆ ਹੈ ਇਥੋਂ ਮਾੜੀ ਗੱਲ ਨੂੰ ਤੁਸੀਂ ਲੈ ਕੇ ਜਦੋਂ ਜਾਣੇ ਆ ਨਾ ਤੇ ਉਹ ਉਦੋਂ ਨਾਲ ਦੀ ਨਾਲ ਹੀ ਇਹ ਇੱਕ ਗੱਲ ਲਿਖਦਾ ਵੀਰੇ ਇੱਕ ਰੇਡ ਲੀਡਰ ਜਾਣ ਬੁੱਝ ਕੇ ਛੇੜਦੇ ਨੇ ਕੋਈ ਗੱਲ ਨਹੀਂ ਵੀਰੇ ਆਪਾਂ ਇਹ ਗੱਲਾਂ ਸਾਰੀਆਂ ਕਰਾਂਗੇ ਕੋਈ ਗੱਲ ਨਹੀਂ ਤਾਂ ਇਹ ਇਸ ਕਰਕੇ ਨਾ ਇਸ ਤਰ੍ਹਾਂ ਦਾ ਨਾ ਮਾਹੌਲ ਕਰੋ ਮਾੜੀ ਸਾਡੇ 'ਚ ਫੁੱਟ ਪਈ ਨਹੀਂ ਤੇ ਸਾਡਾ ਘੋਲ ਖਤਮ ਹੋਇਆ ਨਹੀਂ ਗੱਲ ਯਾਦ ਰੱਖ ਲੋ ਮੈਂ ਤੁਹਾਨੂੰ ਦੱਸਦਾ ਹਿੱਲੀ ਪਈਆ ਸਰਕਾਰ ਹਿੱਲੀ ਪਈ ਹੈ ਸਾਨੂੰ ਪਤਾ ਲੱਗਦਾ ਕਿਵੇਂ ਹਿੱਲੀ ਐ ਸੇ ਸਰਕਾਰ ਬੁਰਾ ਹਾਲਾ ਸਰਕਾਰ ਦਾ ਜਿਹੜੇ ਕਹਿੰਦੇ ਸੀ ਇਹ ਤਾਂ ਢੌਣ ਚ ਕੱਲਾ ਪਿੱਛੇ ਨਹੀਂ ਮੁੜਦੇ ਇਹ ਨਹੀਂ ਇਹਦਾ ਝੁਕਦੇ ਨਹੀਂ ਸੋ ਇਸ ਕਰਕੇ ਮੇਰਾ ਵੀਰ ਦੇਖਿਓ ਕਿ ਇਹ ਹੈ ਜੀ ਸਾਡੀ ਇੱਕ ਗਲਤੀ ਕਹਿੰਦੇ ਹੁੰਦੇ ਆ ਲਾਮੋਂ ਨੇ ਖਤਾ ਕੀਤੇ ਸਦੀਆਂ ਨੇ ਸਜ਼ਾ ਪਾਈ ਸਾਡੀ ਇੱਕ ਥੋੜੀ ਜੀ ਗਲਤੀ ਥੋੜੀ ਜੀ ਗੱਲਬਾਤ 扑 ਘਾਟ ਪੈਦਾ ਕਰਨ ਵਾਲੀ ਜਾਂ ਇਸ ਤਰ੍ਹਾਂ ਦੀ ਇਧਰ ਉਧਰਲੀ ਗੱਲ ਕਰਨ ਵਾਲੀ ਸ਼ੰਗਾਰਸ ਨੂੰ ਤੁਸੀਂ ਇਹ حساب ਲਾ ਲਓ ਕਿੱਥੇ ਲੈ ਕੇ ਜਾ ਬੜੂਗੀ ਕਿੱਥੇ 40 ਸਾਲ 50 ਸਾਲ ਪਿੱਛੇ ਚਲੇ ਜਾਵਾਂਗੇ ਅਸੀਂ ਅੱਜ ਪੂਰੀ ਦੁਨੀਆ ਸਾਡੀ ਗੱਲ ਹੋ ਰਹੀ ਆ ਪੂਰੀ ਦੁਨੀਆ ਸਾਨੂੰ ਸੁਣਦੀ ਐ ਦੇਖ ਰਹੀ ਐ ਨਜ਼ਰਾਂ ਪੂਰੀ ਦੁਨੀਆ ਦੀ ਇਸ ਮੋਰਚੇ ਦੇ ਉੱਤੇ ਸੋਸੋਡੇ ਮਰੇ ਹੱਥ ਬੰਨ੍ਹਦਾ ਕਿ ਦੇਖਿਓ ਇਹੋ ਜੀ ਕੋਈ ਗੱਲਬਾਤ ਨਹੀਂ ਕਰਨੀ ਕੱਲ ਨੂੰ ਰਾਜਵਾਲ ਸਾਹਿਬ ਸਟੇਜ ਤੇ ਆਉਣ ਆਪਣਾ ਸਪਸ਼ਟ ਕਰਨ ਦੇਣ ਗੱਲ ਖਤਮ ਕਰ ਦਿਆ ਕਰੋ ਆ ਮੀਡੀਆ ਵਾਲਾ ਨੂੰ ਮੈਂ ਫੇਰ ਕਹਿਣਾ ਜਿਹੜੇ ਬਣਾਏ ਫਿਰਦੇ ਚੈਨਲ ਜੇ ਕਿ ਇਹ ਜੀ ਅੱਗ ਨਾ ਲਾਓ ਨਾ ਇਹ ਅਗ ਲਾ ਕੇ ਲੋਕਾਂ ਨੂੰ ਤੁਸੀਂ ਇਹ ਜਾਂ ਗਲਤ ਸੁਨੇਹਾ ਇੱਥੋਂ ਪਹਚਾਓ ਫੁਲਾਨੇ ਨੇ ਆਹ ਬੋਲਤਾ ਠਿਮਕਿਆ ਨੇ ਨਾ ਬੋਲਤਾ ਠੀਕ ਹੈ ਗਲਤ ਬੋਲਿਆ ਉਸ ਪਾਸੇ ਚ ਕਰਨ ਦੇਣਗੇ ਆ ਕੇ ਉਹ ਉਹਨੂੰ ਤੁਸੀਂ ਤੁਸੀਂ ਉਹਦੇ ਮੂਰੇ ਜਾ ਕੇ ਮੈਕ ਦਰਨੇ ਕਿ ਤੁਸੀਂ ਕੀ ਹੁਣ ਮੈਂ ਬਲਦੇਵ ਸਿੰਘ ਸਿਰਸਾਰਾ ਵੀ ਸੁਣਿਆ ਮੈਂ ਇੱਕ ਦੋ ਬੰਦਿਆਂ ਦਾ ਹੋਰ ਵੀ ਸੁਣਿਆ ਮੈਨੂੰ ਵੀ ਫੋਨ ਆਈ ਗਏ ਭਾਈ ਇਹਦੇ ਬਾਰੇ ਕੀ ਬਿਆਨ ਦੇਣਾ ਮੈਂ ਮੈਂ ਕੋਈ ਬਿਆਨ ਨਹੀਂ ਦੇਣਾ ਜਿਹੜਾ ਮੈਂ ਦੇਣਾ ਯਾਰ ਮੈਂ ਬਰੂ ਬਰੂ ਹੋ ਕੇ ਦੇ ਦੂੰਗਾ ਇਹ ਇੱਕ ਗੱਲ ਤੇ ਬਿਆਨ ਦੇਣਾ ਬਿਆਨ ਦੇਣਾ ਪੰਦਰੋਂ ਸ਼ਰਮ ਕਰ ਲੋ ਮਾੜੀ ਮੁਠੀ ਇੱਕ ਪਾਸੇ ਤੁਸੀਂ ਕਹਿੰਦੇ ਅਸੀਂ ਤੁਹਾਡੇ ਦਾ ਸੇਵਾ ਕਰ ਰਹੇ ਆ ਤੁਹਾਡੇ ਨਾਲ ਆ ਅਸੀਂ ਵੀ ਪੰਜਾਬ ਦੇ ਜਾਏ ਆ ਅਸੀਂ ਵੀ ਪੰਜਾਬ ਦੇ ਪੁੱਤ ਕਬੀਰ ਕਹਿੰਦਾ ਸਿਹਰੀ ਸਰਟੀਫਿਕੇਟ ਬਣ ਦਿੰਦੇ ਬਿਲਕੁਲ ਪ੍ਰਭਾਵਾ ਸਰਟੀਫਿਕੇਟ ਬਣਨ ਲੱਗੇ ਤਾਂ ਮੈਂਟਲ ਆਉਂਦੇ ਆ ਸੋ ਪ੍ਰਭੂ ਕੋਈ ਵੀ ਇਸ ਤਰ੍ਹਾਂ ਦੀ ਗੱਲਬਾਤ ਨਾ ਕੀਤੀ ਜਾਵੇ ਕਿ ਅੰਦੋਲਨ ਜਿਹੜਾ ਫੇਲ ਹੋਵੇ ਭਾਈ ਨਹੀਂ ਆ ਮੈਂ ਗੱਲਾਂ ਕਰਨੀ ਅਸੀਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ